स्वागत है किसान वीरो तुहाडा यूट्यूब चैनल सैदक डेयरी फार्मिंग दे विच। किसान वीरो अज एक वीडियो होर आपदे पिंड तो ही लैके आए हैं। पिंड मेरा नंगल है, तहसील इहनू कोटकपुरा पैंदी है ते जिला फरीदकोट है। पिंड दा एड्रैस जिहड़ा स्क्रीन ते भी लगा होया, इत्थों तुसीं पढ़ सकदे हैं। बाकी मेरे पिंड जिहड़ा इह फरीदकोट तों भी 12 किलोमीटर साइड ते है ते कोटकपुरे तों भी। पिंड दे विच गुरद्वारा जोड़ा साहब काफ़ी मशहूर है, उहनू भी तुसीं जाणदे होवोंगे। तो बाकी नेड़े पिंड जिहड़े ढुड्डी भलूर इदां दे पिंड जिहड़े साडे पिंड दे बिल्कुल नेड़े रहि जांदे आ। सो इस अज मेरे पिंड दे विच जिहड़ी आपां वीडियो बना रहे हां, सामने जिहड़ी झोटी है इह विकाऊ है, सूण वाली है, दिन थोड़ी लैंदी है। डिटेल सारी बाई जोरां तों पुछांगे। काफ़ी चंगी उच्चे लंबे कद काठ दी ते भारी झोटी है, इह तोड़ के भी तुहानूं दिखावांगे। वीडियो शुरू करन तों पहलां बेनती है, जिन्हां ने मेरे इस चैनल नूं अजे तक सबसक्राइब नहीं कीता उह चैनल नूं जरूर सबसक्राइब कर दो ते नाल घंटी दा बटन भी प्रेस कर दो जे, तां कि जिहड़ी मैं नवीं वीडियो अपलोड करां उहदा नोटिफिकेशन तुहानूं मिल सके। दोस्तों बाई जोरां बारे तुहानूं दस देना, वी इहनां दे घरे पशु रख्या, तुसीं देख सकदे हां स्क्रीन ते इन्ने कु पशु इहनां कोल ते झोटी इहनां कोल पहले सूए सूण वास्ते तैयार है। ते अज इह आपां इहनूं इहनां ने विकाऊ कीती है ते इहदी वीडियो तुहाडे लई अपलोड कर रहे हां। आओ बाई जोरां नाल गल्लबात करिए। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਨਾਮ ਦੱਸ ਦਿਓ ਇੱਕ ਵਾਰ। ਜਿਹੜਾ ਬਲਵਿੰਦਰ ਸਿੰਘ ਹੈ ਜੀ। ਠੀਕ ਹੈ, ਤੇ ਬਾਈ ਇਹ ਝੋਟੀ ਬਾਰੇ ਦੱਸੋ ਜੀ, ਇਹਨੇ ਕਿੰਨਵੇਂ ਸੂਏ ਸੁਣਾ? ਇਹਨੇ ਬਾਈ ਪਹਿਲੇ ਸੂਏ ਸੁਣਾ। ਤੇ ਉਮਰ 'ਚ ਥੋੜ੍ਹੀ ਜੀ ਜ਼ਿਆਦਾ ਨਹੀਂ ਲੱਗਦੀ? ਹਾਂਜੀ, ਵੱਡੀ ਹੋ ਕੇ ਬਣੀ, ਪੱਕ ਕੇ ਬਣੀ ਹੈ। ਹਾਂਜੀ ਠੀਕ ਹੈ। ਤੇ ਟੀਕਾ ਭਰਾਇਆ ਕਿ ਵੈਸੇ ਕ੍ਰੋਸ ਹੈ? ਇਹ ਟੀਕਾ ਭਰਾਇਆ। ਠੀਕ ਹੈ, ਭਰਾਇਆ। ਤੇ ਇਹਦੇ ਕਿੰਨੇ ਦਿਨ ਰਹਿੰਦੇ ਸੂਣ 'ਚ? ਇਹਦੇ ਰਹਿੰਦੇ 7-8 ਦਿਨ ਰਹਿੰਦੇ। 7-8 ਦਿਨ ਰਹਿੰਦੇ ਆ, ਠੀਕ ਹੈ। ਤੇ ਇਹਦਾ ਕੀ ਰੇਟ ਕਰਦੇ ਆ ਆਪਾਂ? ਇਹਦਾ 1-30 ਕਰਦੇ। 1,30,000 ਰੁਪਏ? ਹਾਂਜੀ ਠੀਕ ਹੈ। ਖੋਲੋ ਇਹਨੂੰ ਦੋਸਤੋ, ਦੇਖ ਸਕਦੇ ਹੋ ਤੁਸੀਂ, ਇਹ ਬਹੁਤ ਜ਼ਿਆਦਾ ਉੱਚੀ ਲੰਬੀ ਅਤੇ ਭਾਰੀ ਝੋਟੀ ਹੈ। ਜਦੋਂ ਤੁਸੀਂ ਕੋਈ ਵੀਰ ਆ ਕੇ ਦੇਖੂਗਾ ਤਾਂ ਉਹਨੂੰ ਵੀ ਪਤਾ ਲੱਗੂਗਾ ਇਹਦਾ, ਬਾਕੀ ਵੀਡੀਓ 'ਚੋਂ ਵੀ ਅੰਦਾਜ਼ਾ ਹੋ ਹੀ ਜਾਂਦਾ, ਜਿਹੜੇ ਜਾਣਕਾਰ ਵੀਰ ਆ ਉਹ ਜਾਣਦੇ ਆ। ਸਿੰਘ ਬਹੁਤ ਸੋਹਣਾ ਗੋਲ ਹੈ, ਪਰ ਸਿੰਘ ਜਿਹੜਾ ਥੋੜ੍ਹਾ ਜਿਹਾ ਇਹ ਜੇ ਕਿਤੇ ਕਿਸੇ ਵੀਰ ਤੋਂ ਬਣਵਾਇਆ ਜਾਂਦਾ ਤਾਂ ਉਹੀ ਪਤਲਾ ਸਿੰਘ ਇੱਦੂ ਵੀ ਜਚਣਾ ਸੀ। ਵੈਸੇ ਬਹੁਤ ਜ਼ਿਆਦਾ ਸੋਹਣਾ ਗੋਲ ਕੁੰਡਾ ਸਿੰਘ ਮੁੜਿਆ, ਨੈਚੁਰਲੀ ਜਿਹੜਾ ਕੁਦਰਤੀ ਤਰੀਕੇ ਨਾਲ ਇਹ ਗੋਲ ਹੈ ਸਿੰਘ। ਹਵਾਨਾ ਬਹੁਤ ਤਕੜਾ ਝੋਟੀ ਦਾ, ਕਿਉਂਕਿ ਉੱਤੋਂ ਜਿੰਨਾ ਸਟਰਕਚਰ ਭਾਰਾ ਹੈ ਉਹਦੇ ਹਿਸਾਬ 'ਤੇ ਹਵਾਨਾ ਤੁਸੀਂ ਦੇਖ ਸਕਦੇ ਹਾਂ। ਜੇ ਇਹੀ ਛੋਟੇ ਕੱਦ ਦੀ ਝੋਟੀ 'ਤੇ ਹਵਾਨਾ ਲੱਗਾ ਹੋਵੇ ਫਿਰ ਐਂ ਲੱਗਣਾ ਸੀ ਵੀ ਬਹੁਤ ਜ਼ਿਆਦਾ ਵੱਡਾ ਹਵਾਨਾ, ਪਰ ਫਿਰ ਵੀ ਬਹੁਤ ਚੰਗਾ ਹਵਾਨਾ ਇਹਦਾ ਤਿਆਰ ਕੀਤਾ ਹੋਇਆ। ਮੋੜ ਲਵੇ, ਥਾਣ ਬਹੁਤ ਸੋਹਣਾ, ਦੁੱਧ ਵਾਲਾ ਮੋਟਾ ਥਾਣ ਹੈ। ਭਲੂਣ ਦੋਸਤੋ ਇਹਨੇ ਕਾਫ਼ੀ ਚੱਕੀ ਹੋਈ ਹੈ, ਦਿਨ ਹਜੇ ਲੈ ਜੂਗੀ ਸੂਣ 'ਚ ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਤੁਹਾਨੂੰ ਥਾਣ ਜ਼ਿਆਦਾ ਮੋਟਾ ਲੱਗੂ। ਵੈਸੇ ਹੈ ਵੀ ਇਹਦਾ ਥਾਣ ਜਿਹੜਾ ਦੁੱਧ ਵਾਲਾ ਲੱਗਾ ਪਿਆ, ਮੋਟਾ ਥਾਣ ਹੈ। ਆਰਡਰ ਕੁਆਲਿਟੀ ਇਹਦੀ ਐਕਸਟਰਾ ਆਰਡਨਰੀ ਹੈ, ਤੁਸੀਂ ਦੇਖ ਸਕਦੇ ਹਾਂ। ਹਜੇ ਦਿਨ ਲੈ ਜੂਗੀ ਅਤੇ ਪੂਰਾ ਤਕੜਾ ਹਵਾਨਾ ਇਹ ਬਣਾ ਜੂਗੀ, ਕਿਉਂਕਿ ਪਹਿਲਾਂ ਪਸ਼ੂ ਜਿਹੜਾ ਹੈਗਾ ਜਿਵੇਂ ਜਿਵੇਂ ਸੂਣ ਦੇ ਨੇੜ ਆਉਂਦਾ ਉਵੇਂ ਉਵੇਂ ਦੁੱਧ ਜਿਹੜਾ ਲਾਉਣਾ ਸ਼ੁਰੂ ਕਰਦਾ। ਤੁਹਾਨੂੰ ਮੈਂ ਦਿਖਾ ਦਿੰਦਾ, ਬਿੱਥੀ ਬਹੁਤ ਜ਼ਿਆਦਾ ਹੈ ਥਣਾਂ ਦੇ ਵਿੱਚ, ਹਵਾਨਾ ਉੱਪਰੋਂ ਸ਼ੁਰੂ ਕਰੂਗੀ ਇਹ, ਹਜੇ ਉੱਤੇ ਢਿੱਲਾਂ ਪਈਆਂ, ਹਜੇ ਸੂੰਦੀ ਨਹੀਂ ਕਿ ਦਿਨ ਲੈ ਜੂਗੀ। ਦਿਨ ਕਿੰਨੇ ਲੈਂਦੀ ਆ ਉਹ ਬਾਅਦ ਦੀ ਗੱਲ ਹੈ। ਅਗਲਾ ਥਣ ਵੀ ਇਹਦਾ ਬਹੁਤ ਸੋਹਣਾ ਲੱਗਾ ਹੋਇਆ, ਬਿੱਥੀ ਅਗਲੇ ਥਣਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹਾਂ, ਅੱਗੇ ਪਿੱਛੇ ਚਾਰਾਂ ਪਾਸਿਆਂ ਦੇ ਵਿੱਚ ਬਹੁਤ ਬਿੱਥੀ ਹੈ। ਬਾਕੀ ਜਿਹੜੀ ਇਹਦੀ ਚਮੜੀ ਆ ਉਹਦੇ 'ਤੇ ਨਾੜਾਂ ਵੀ ਤੁਹਾਨੂੰ ਦਿਸਣਗੀਆਂ, ਬਰੀਕ ਚਮੜੀ ਦੇ ਵਿੱਚ ਇਹ ਝੋਟੀ ਹੈ। ਹਵਾਨਾ ਦੋਸਤੋ ਦੇਖ ਸਕਦੇ ਹਾਂ ਤੁਸੀਂ, ਬਹੁਤ ਤਕੜਾ ਹਵਾਨਾ, ਭਾਰੀ ਉੱਚੀ ਲੰਬੀ ਝੋਟੀ ਹੈ, ਕਿਤੋਂ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ। ਬਸ ਇੱਕ ਹੈ ਵੀ ਇਹ ਸੂਏ ਨੇ ਪਹਿਲੇ ਸੁਣਾ ਅਤੇ ਪਰ ਉਮਰ ਜਿਹੜੀ ਇਹਦੀ ਦੰਦੋਂ ਇਹ ਰਲੀ ਵੀ ਹੈ, ਯਾਨੀ ਪੱਕੀ ਉਮਰ ਦੇ ਵਿੱਚ ਇਹ ਸੂ ਰਹੀ ਹੈ ਝੋਟੀ। ਵੈਸੇ ਬਹੁਤ ਸੋਹਣੀ ਸ਼ਕੀਨ ਝੋਟੀ ਹੈ ਦੋਸਤੋ। ਨੰਬਰ 2204 ਦਾ ਸਕਰੀਨ 'ਤੇ ਚੱਲ ਰਿਹਾ, ਇਸ ਨੰਬਰ 'ਤੇ ਜਦੋਂ ਮਰਜ਼ੀ ਤੁਸੀਂ ਫੋਨ ਕਰ ਸਕਦੇ ਹਾਂ, ਫੋਨ ਕਰਕੇ ਤੁਸੀਂ ਝੋਟੀ ਨੂੰ ਵੇਖਣਾ, ਉਹ ਤੁਹਾਡੇ ਪਸੰਦ ਆਊਗੀ, ਤੁਸੀਂ ਸੌਦਾ ਜਿਹੜਾ ਹੈ ਉਹ ਵੇਖ ਕੇ ਵੀ ਕਰ ਸਕਦੇ ਹਾਂ। ਜੇ ਕਿਸੇ ਵੀਰ ਦੇ ਫੋਨ 'ਤੇ ਪਸੰਦ ਆਉਂਦੀ ਹੈ ਤੁਸੀਂ ਸੌਦਾ ਕਰਕੇ ਵੇਖਣ ਆ ਸਕਦੇ ਹਾਂ। ਹਰੇਕ ਵੀਡੀਓ ਦੇ ਵਿੱਚ ਇਹ ਗੱਲ ਜ਼ਰੂਰ ਮੈਂ ਕਹਿੰਦਾ ਵੀ ਜਿਹਨੇ ਪਸ਼ੂ ਖਰੀਦਣਾ ਉਹਦੀ ਜ਼ਿੰਮੇਵਾਰੀ ਹੈ, ਉਹਦਾ ਫਰਜ਼ ਹੈ ਵੀ ਉਹ ਆ ਕੇ ਪਸ਼ੂ ਦੇਖੇ, ਤਸੱਲੀ ਕਰੇ, ਫਿਰ ਸੌਦਾ ਕਰੇ। ਸੋ ਇਹ ਵੀਡੀਓ ਜਾਂ ਇਹ ਝੋਟੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।